ਬਹੁਤ ਅੱਜ ਕੱਲ੍ਹ ਨਿਆਣੇ ਬੈਠੇ ਇੰਜੋਏ ਕਰਦੇ ਮੈਨੂੰ ਲੱਗਦਾ ਇਹ ਨਾ ਛੁੱਟੀਆਂ ਦਾ ਇੰਜੋਏ ਕਰਦੇ ਹੈਗੇ, ਛੁੱਟੀਆਂ ਹੁਣ ਛੁੱਟੀਆਂ ਮਿਲੀਆਂ ਇਹਨਾਂ ਨੂੰ ਤੇ ਬੈਠੇ ਗੱਲਬਾਤ ਕਰਦੇ ਕੀ ਕਰਦੇ ਕੀ ਆ ਬੱਚੋ, ਕੀ ਹਾਲ ਚਾਲ ਆ? ਹੋਰ ਸਿਹਤਾਂ ਠੀਕ ਆ? ਬੜੇ ਬੈਠੇ ਸਾਈਡ ਜੀ, ਕੀ ਚੱਕਰ ਕੀ ਆ? ਅੱਛਾ ਛੁੱਟੀਆਂ ਇੰਜੋਏ ਕਰਦੇ ਹੈ, ਲਓ ਜੀ ਹੁਣ ਆਪਾਂ ਸਕੂਟਰੀ ਲਾਉਂਦੇ ਸਾਈਡ ਤੇ, ਹੁਣ ਆਪਾਂ ਵੀ ਨਾ ਬੈਠ ਕੇ ਕਰਦੇ ਆ ਇੰਜੋਏ ਤੇ ਨਾਲੇ ਕਰਦੇ ਗੱਲਬਾਤ ਤੇ ਨਾਲੇ ਪੁੱਛਦੇ ਸਵਾਲ ਜਵਾਬ ਇਹਨਾਂ ਨੂੰ। ਹੋਰ ਕਿੱਦਾਂ ਠੀਕ ਠਾਕ ਵਾ? ਕੀ ਨਾਂ ਤੁਹਾਡਾ? ਅਭਿਜੋਤ ਸਿੰਘ ਜੀ। ਤੁਹਾਡਾ ਜੀ? ਹਾਂਜੀ ਬਰਿੰਦਰ। ਬਰਿੰਦਰ ਜੀ ਆ ਗਿਆ ਜੀ। ਤੁਹਾਡਾ ਕੀ ਨਾਮ ਆ? ਮਨਵੀਰ। ਮਨਵੀਰ ਜੀ। ਤੁਹਾਡਾ? ਤਰਨਵੀਰ ਸਿੰਘ। ਤੁਹਾਡਾ ਜੀ? ਸੁਖਵੀਰ ਜੀ। ਤੁਹਾਡਾ ਜੀ? ਹੈ ਦਾਨਿਸ਼। ਇਹ ਦਾਨਿਸ਼ ਜੀ, ਤੁਹਾਡਾ ਨਾਮ ਕੀ ਆ? ਲਓ ਜੀ ਹੁਣ ਸਾਰੇ ਆਪਾਂ ਇੰਟਰੋਡਕਸ਼ਨ ਕਰਾਤੀ ਹੈਗੀ ਆ, ਤੋ ਆਪਾਂ ਇਹਨਾਂ ਹੁਣ ਵਿਚਕਾਰ ਬਹਿ ਜਾਣਾ ਹੈਗਾ ਤੇ ਸਵਾਲ ਜਵਾਬ ਪੁੱਛਦੇ ਹੈਗੇ ਆ। ਤੇ ਇੱਥੇ ਬਹਿ ਜਾਓ ਮੈਮੀ, ਆਪਾਂ ਬੱਚਿਆਂ ਨੂੰ ਇੱਕ ਕੁਐਸਚਨ ਕਰਨਾ ਹੈਗਾ ਆ। ਦੱਸੋ ਜੀ ਛੇਤੀ, ਤੁਸੀਂ ਆਨਸਰ ਦਿਓਗੇ? ਬਿਲਕੁਲ ਦੇਵਾਂਗੇ ਜੀ। ਤੁਸੀਂ ਦਿਓਗੇ ਆਨਸਰ? ਹਾਂਜੀ ਹਾਂਜੀ। ਤੂੰ ਕਹੇ? ਲਓ ਜੀ ਦਾਨਿਸ਼, ਦਾਨਿਸ਼ ਕਹਿੰਦੇ ਹਾਂਜੀ। ਸੋ ਇੱਕ ਸਵਾਲ ਹੈਗਾ ਇਹ, ਉਹ ਕਿਹੜੀ ਚੀਜ਼ ਆ ਬੱਚੇ ਜਿਹੜੀ ਬੱਚਿਆਂ ਦਿੱਤੀ ਜਾਂਦੀ, ਚਾਹੇ ਅਮੀਰ ਹੋਵੇ ਚਾਹੇ ਗਰੀਬ ਹੋਵੇ? ਤੁਸੀਂ ਦੱਸੋ ਪਹਿਲਾਂ ਕਿਹੜੀ ਚੀਜ਼ ਆ ਜੀ ਉਹ? ਇਹ ਚੀਜ਼। ਹਾਂਜੀ ਚੀਜ਼ ਕਹਿੰਦਾ, ਤੁਹਾਨੂੰ ਪਤਾ ਜੀ ਕੀ ਆ ਜੀ? ਚੀਜ਼। ਚੀਜ਼ ਤੁਸੀਂ ਪਤਾ ਨਹੀਂ ਗਾ ਜੀ? ਤੁਸੀਂ ਆਲੂ ਦੇ ਪਰੌਠੇ। ਲਓ ਜੀ ਕਹਿੰਦਾ ਆਲੂ ਦੇ ਪਰੌਠੇ, ਇਹਦਾ ਮਤਲਬ ਚੰਦੇ ਚਾੜ ਦਿੱਤੇ, ਮਤਲਬ ਆਲੂ ਦੇ ਪਰੌਠੇ ਜ਼ਿਆਦਾ ਪਸੰਦ ਲੱਗਦੇ ਇਹਨੂੰ। ਤੁਹਾਨੂੰ ਜੀ ਸਾਈਕਲ ਜੀ। ਸਾਈਕਲ ਹੀ ਇਹ ਤੇ ਕਹਿੰਦੇ ਸਾਈਕਲ ਹੀ ਹੈ, ਠੀਕ ਆ। ਤੁਸੀਂ ਦੱਸੋ? ਪਿਆਰ ਤੇ ਖਿਲਾਉਣੇ। ਹਾਂਜੀ ਪਿਆਰ ਤੇ ਖਿਲਾਉਣੇ। ਪਿਆਰ ਤੇ ਖਿਲਾਉਣੇ ਬੱਚੇ, ਤੁਹਾਨੂੰ ਪਤਾ ਆਪਾਂ ਆਪਾਂ ਜੋ ਹੈਗਾ ਮਾਈਂਡ 'ਚ ਦੱਸੀ ਜਾਂਦੇ ਹੈਗੇ ਆ। ਤੁਸੀਂ ਭਾਈ ਸਾਹਿਬ ਦੱਸੋ ਕੁਛ? ਅਸੀਂ ਵੀ ਖਿਡੌਣੇ ਕਹਿਣਾ ਚਾਹਾਂਗੇ ਜੀ। ਲਓ ਜੀ ਕਹਿੰਦੇ ਖਿਡੌਣੇ, ਹੱਲਾਂ ਦਾ ਮਤਲਬ ਮੈਚ ਇੰਟਰਸਟਿੰਗ ਹੋ ਚੁੱਕਾ ਇਸ ਟਾਈਮ। ਤੁਸੀਂ ਸਾਡੀ ਵੀਡੀਓ ਬਹੁਤ ਸ਼ੇਅਰ ਕਰ ਦਿਓ ਤੇ ਤੁਸੀਂ ਕਮੈਂਟ ਕਰ ਦੱਸਣਾ ਇਹਦਾ ਆਨਸਰ ਕੀ ਹੈਗਾ ਆ। ਸੋ ਬਾਕੀ ਮੈਂ ਇੱਕ ਤੁਹਾਨੂੰ ਦੁਬਾਰਾ ਰਿਪੀਟ ਕਰ ਦੇਣਾ ਹੈਗਾ, ਉਹ ਕਿਹੜੀ ਚੀਜ਼ ਹੈਗੀ ਆ ਜਿਹੜੀ ਬੱਚਿਆਂ ਨੂੰ ਦਿੱਤੀ ਜਾਂਦੀ ਹੈਗੀ ਆ, ਚਾਹੇ ਉਹ ਅਮੀਰ ਹੋਵੇ ਚਾਹੇ ਗਰੀਬ ਹੋਵੇ? ਉਹ ਦੱਸੋ ਕਿਹੜੀ ਚੀਜ਼ ਆ? ਖਿਡੌਣੇ ਤੇ ਪਿਆਰ। ਬਸ ਤੁਹਾਡੇ ਹੀ ਕੁਐਸਚਨ ਆਨਸਰ ਆ। ਤੁਸੀਂ ਕੁਛ? ਛਿੱਤਰ ਪਰੇੜੀ। ਇਹ ਤਾਂ ਗੱਲ ਵੀ ਸਹੀ ਆ, ਬੱਚਿਆਂ ਦੇ ਛਿੱਤਰ ਪਰੇੜੀ ਜ਼ਿਆਦਾ ਹੁੰਦੇ, ਚਾਹੇ ਕੋਈ ਵੀ ਹੋਵੇ, ਚਾਹੇ ਅਮੀਰ ਹੋਵੇ ਚਾਹੇ ਗਰੀਬ ਹੋਵੇ, ਤੇ ਛਿੱਤਰ ਪੈਂਦੇ ਹੀ ਹੁੰਦੇ ਨਾ। ਤੁਸੀਂ ਦੱਸੋ ਭਾਈ ਸਾਹਿਬ। ਹਾਂਜੀ ਕੀ ਕਹਿੰਦੇ? ਕੋਈ ਇਹ ਤੇ ਕੁਰਕੁਰੇ ਕਹੀ ਜਾਂਦਾ ਕਾਕਾ ਸਾਡਾ। ਤੁਸੀਂ ਦੱਸੋ ਜੀ। ਚੀਜ਼। ਇਹ ਤੇ ਚੀਜ਼ ਤੇ ਫਸਿਆ ਵਿਚਾਰਾ। ਤੁਸੀਂ? ਆਲੂ। ਆਲੂ ਤੇ ਹਾਂਜੀ ਤੁਸੀਂ ਦੱਸੋ ਜੀ। ਸਾਈਕਲੀ ਦੇ ਬੋਕਰ। ਸਾਈਕਲੀ ਦੇ ਬੋਕਰ ਮਿਲਾ, ਛੋੜੇ ਸਾਈਕਲ ਚਲਾਈ ਲਾ ਦਿਆ ਕੋਈ ਯਾਰ। ਤੁਸੀਂ ਦੱਸੋ ਮਹਾਰਾਜ। ਪੂੜੀਆਂ ਛੋਲੇ। ਹਾਂਜੀ ਪੂੜੀਆਂ ਛੋਲੇ। ਇਹਦਾ ਖਾਣ ਪੀਣ ਵਾਲੀ ਚੀਜ਼ਾਂ ਪਸੰਦ ਹੈ ਬੱਚਿਆਂ ਨੂੰ? ਆਪਾਂ ਸਵਾਲ ਕੀਤਾ ਹੈਗਾ ਨਹੀਂ, ਹਲੇ ਪੂਰਾ ਆਨਸਰ ਦਿੱਤਾ ਨਹੀਂ ਹੈਗਾ, ਸਾਰੇ ਆਪਾਂ ਆਪਣੇ ਮਾਈਂਡ 'ਚ ਲੜਾ ਰਹੇ ਹੈਗੇ ਆ, ਪਰ ਗੱਲ ਫੇਰ ਨਹੀਂ ਬਣੀ ਹੈਗੀ। ਇੱਕ ਦੁਬਾਰਾ ਫੇਰ ਰਿਪੀਟ ਕਰਨਾ ਹੈਗਾ, ਉਹ ਕਿਹੜੀ ਚੀਜ਼ ਹੈਗੀ ਆ ਜਿਹੜੀ ਬੱਚਿਆਂ ਨੂੰ ਦਿੱਤੀ ਜਾਂਦੀ ਹੈ, ਚਾਹੇ ਉਹ ਅਮੀਰ ਹੋਵੇ ਚਾਹੇ ਗਰੀਬ ਹੋਵੇ? ਦੱਸੋ ਕਿਹੜੀ ਚੀਜ਼ ਆ? ਬੇਰ। ਬੇਰ? ਇਹ ਕਹਿੰਦਾ ਬੇਰ ਜੀ, ਠੀਕ ਹੈ। ਮਤਲਬ ਬੇਰ ਪਸੰਦ ਹੈਗੇ ਮਿਸਟਰ ਦਾਨਿਸ਼ ਨੂੰ। ਤੁਸੀਂ ਦੱਸੋ ਜੀ। ਖਾਣ ਦੀਆਂ ਚੀਜ਼ਾਂ। ਹਾਂਜੀ ਖਾਣ ਦੀਆਂ ਚੀਜ਼ਾਂ। ਖਾਣ ਦੀਆਂ ਚੀਜ਼ਾਂ ਤੇ ਨਾਲ ਛਿੱਤਰ ਪਰੇਡ। ਅੱਛਾ ਜੀ ਛਿੱਤਰ ਪਰੇਡ ਬੱਚੇ ਹੁੰਦੇ ਰਹਿੰਦੇ। ਹਾਂਜੀ ਤੁਸੀਂ ਦੱਸੋ ਜੀ। ਪਤਾਸਾ। ਇਹ ਤਾਂ ਪਤਾਸਾ ਕਹੀ ਜਾਂਦਾ। ਤੁਸੀਂ ਦੱਸੋ ਜੀ। ਫੁੱਲੀਆਂ। ਫੁੱਲੀਆਂ ਮੈਨੂੰ ਲੱਗਦਾ ਖਾਣ ਪੀਣ ਵਾਲੀ ਚੀਜ਼ਾਂ ਤੇ ਯਕੀਨ ਇਹੀ ਹੈ ਨਾ। ਹਾਂ ਤੁਸੀਂ ਦੱਸੋ ਜੀ। ਉਹ ਜੀ ਛਾਣ ਬੂਰੇ ਵਾਲਾ। ਉਹ ਛਾਣ ਬੂਰੇ ਵਾਲਾ ਕਹਿੰਦਾ ਉਹ ਕੀ? ਉਹ ਛਾਣ ਬੂਰੇ ਵਾਲਾ ਭੂਕਨੇ। ਲਓ ਜੀ ਛਾਣ ਬੂਰੇ ਵਾਲਾ ਕਹਿੰਦਾ ਉਹ, ਇਹਦੇ ਕੀ ਕਹਿੰਦਾ ਭੂਕਨੇ? ਤੁਸੀਂ ਦੱਸੋ ਜੀ। ਇੱਕ ਗੱਡੀ। ਹਾਂਜੀ ਗੱਡੀ। ਕਿਹੜੀ ਗੱਡੀ? ਗੱਡੀ ਜਿਹੜੀ ਨਿਆਣੇ ਵਾਲੀ ਹੁੰਦੀ। ਅੱਛਾ ਜੀ ਤੁਸੀਂ ਦੱਸੋ ਭਾਈ ਸਾਹਿਬ। ਭਾਜੀ ਸਾਡੇ ਵੱਲੋਂ ਛਿੱਤਰ ਪਰੇਡ ਹੀ, ਸਾਡੇ ਛਿੱਤਰੇ ਪਏ ਆ ਛੋਟੇ ਹੁੰਦੇ ਦੇ। ਲਓ ਜੀ ਕੁਐਸਚਨ ਦਾ ਆਪਾਂ ਆਨਸਰ ਇਹਨਾਂ ਤੋਂ ਲਿਆ, ਪਰ ਦਿੱਤਾ ਨਹੀਂ ਹੈਗਾ ਆਨਸਰ ਕਿਸੇ ਨੇ ਵੀ, ਮਾਈਂਡ ਸਾਰੇ ਨੇ ਲੜਾਏ ਵੱਖੋ ਵੱਖਰੇ ਨੇ। ਸਾਡੇ ਹੁਣ ਬੇਬੇ ਬੈਠੀ, ਬੇਬੇ ਨੇ ਪੁੱਛਦੇ ਹੈਗੇ ਆ। ਬੇਬੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਸੀਂ ਬੜੇ ਥੱਲੇ ਥੱਲੇ ਸਮਾਧੀ ਲਈ ਹੋ, ਕੀ ਚੱਕਰ ਆ?
ਬੈਠੀ ਦੀ ਉੱਪਰ ਫੇਰ ਮੈਂ ਖੜੇ ਆ ਬਹਿ ਜਾ ਮੈਂ ਤੇ ਪੱਟ ਮੈਂ ਗੇੜਾ ਕੱਢਣ ਚਲੀ ਗਈ ਪੱਟ ਦੇ ਆਕੇ ਠੀਕ ਆ ਹਾਂ ਦੇਖ ਲੈ ਬੇਟਾ ਹੁਣ ਐਦਾਂ ਦੀਦਾ ਵੀ ਹੈ ਨੀ ਜੱਜਣਾ ਤੁਰਪ ਨੀ ਹੁੰਦਾ ਜੱਜਣਾ ਏਦਾਂ ਨੀ ਸਿਹਤ ਆ ਅੱਛਾ ਠੀਕ ਆ ਉਮਰ ਕਿੰਨੀ ਕੁ ਹੋ ਗਈ ਉਮਰ ਅਨਪੜ੍ਹਾਂ ਹੁਣ ਸਾਲਾਂ ਦਾ ਪਤਾ ਨੀ ਫਲਾਨਾ ਸਾਲ ਕਿਹੜਾ ਆ ਤੇ ਗਾਂ ਦਾ ਸਾਲ ਕਿਹੜਾ ਉਹਦਾ ਗਾਂ ਸਾਲ ਕਿਹੜਾ ਆ ਏਦਾਂ ਨੀ ਅਨਪੜ੍ਹਾਂ ਨੂੰ ਪਤਾ ਮਤਲਬ ਬੀਬੀ ਹੈਗੀ ਆ 90 ਕੁ ਸਾਲ ਦੀ ਹੈਗੀ ਲੱਗਦਾ 90-95 ਸਾਲ ਦੇ ਇੱਕ ਬੀਬੀ ਤੁਹਾਨੂੰ ਸਵਾਲ ਕਰਨਾ ਆਨਸਰ ਦਊਂਗੀ ਇੰਨੇ ਦੀ ਹੈਗੀ ਆ ਮੈਂ ਕਿਹਾ ਤੈਨੂੰ ਸਵਾਲ ਕਰਨਾ ਆਨਸਰ ਦਊਂਗੀ ਉਹਦਾ ਉਹ ਕਿਹੜੀ ਚੀਜ਼ ਆ ਜਿਹੜੀ ਬੱਚਿਆਂ ਨੂੰ ਦਿੱਤੀ ਜਾਂਦੀ ਚਾਹੇ ਅਮੀਰ ਹੋਵੇ ਚਾਹੇ ਗਰੀਬ ਹੋਵੇ ਬੀਬੀ ਮੈਂ ਸੋਚ ਕੇ ਦੱਸੂਗੀ ਲੱਗਦਾ ਡੂੰਘੀ ਸੋਚ ਫਸ ਗਈ ਆ ਨਾ ਇਹ ਦੱਸੋ ਜੀ ਡੂੰਘੀ ਮੈਂ ਹੁਣ ਨਪੜ ਨੂੰ ਕਿਹੜੀ ਦੱਸਾਂ ਗੱਲ ਅੱਛਾ ਹਾਂ ਤਾਂ ਉਹਨੂੰ ਆ ਖੇਲੇ ਦੇਈਦੀ ਆ ਅੱਛਾ ਹਾਂ ਠੀਕ ਆ ਕਹਿੰਦੇ ਖੇਲੇ ਦੇਈਦੀ ਹੈਗੀ ਆ ਮੈਂ ਤੁਹਾਨੂੰ ਚੀਜ਼ ਦੱਸ ਦੇਣਾ ਹੈਗੀ ਆ ਉਹ ਪੋਲੀਓ ਦੀਆਂ ਬੂੰਦਾਂ ਠੀਕ ਹੈ ਜੀ ਤੇ ਬਾਕੀ ਵੀਡੀਓ ਬਾਅਦ ਤੋਂ ਸ਼ੇਅਰ ਕਰ ਦਿਓ